ਉੱਥੇ ਅਸੀਂ ਐਂਟਰ ਹੋਏ ਆ। ਅਸੀਂ ਜਦੋਂ ਇਸ ਕਾਊਂਟਰ ਤੇ ਆਏ ਤੇ ਵਿੱਚ ਇੱਕ ਐਡਾ ਵੱਡਾ ਚੂਹਾ ਜਿਹੜਾ ਕਿ ਉੱਪਰ ਆ ਰਿਹਾ ਸੀ, ਅਸੀਂ ਉਹਦੀ ਵੀਡੀਓ ਵੀ ਬਣਾਈ ਏ। ਹੁਣ ਅਸੀਂ ਇੱਥੇ ਹਵੇਲੀ ਦੇ ਮੈਨੇਜਰ ਨਾਲ ਗੱਲ ਕੀਤੀ ਏ, ਉਹ ਸਾਨੂੰ ਕਹਿ ਰਹੇ ਆ ਕਿ ਅਸੀਂ ਇਹ ਸਾਰਾ ਸਮਾਨ ਡਿਸਟਰੋਏ ਕਰਵਾ ਰਹੇ ਹਾਂ। ਦੇਖੋ ਤੁਸੀਂ ਉਹਦੇ ਉੱਪਰ ਪੂਰਾ ਕਰੋ ਕਿ ਚੂਹਿਆਂ ਵਾਲਾ ਖਾ ਕੇ ਬਿਮਾਰੀਆਂ ਅੱਗੇ ਫੈਲ ਰਹੀਆਂ ਨੇ, ਜਿਵੇਂ ਕਿ ਕੋਰੋਨਾ ਦੀ ਮਹਾਂਮਾਰੀ ਆ ਰਹੀ ਆ। ਪਰ ਜੇਕਰ ਰੈਸਟੋਰੈਂਟ ਦੇ ਵਿੱਚ ਸਫਾਈ ਨਾ ਰੱਖੀ ਗਈ ਤਾਂ ਇਸੇ ਤਰ੍ਹਾਂ ਲੋਕਾਂ ਦੇ ਵਿੱਚ ਬਿਮਾਰੀ ਦਾ ਵਾਧਾ ਹੋਊਗਾ। ਧੰਨਵਾਦ। ਸਾਹਮਣੇ ਵੀ ਨਹੀਂ।